विधानसभा हलका रूपनगर तो साल 2017 च आम आदमी पार्टी की टिकट से जिते हलका विधायक अमरजीत सिंह संधोआ 2019 की लोकसभा चोणों दौरान कांग्रेस पार्टी शामिल हो गए सन। जानकारी मुताबिक संधोआ यह कह के कांग्रेस पार्टी शामिल होए सन कि वह हलके के विकास करवाएंगे। इस संबंधी जब लोगों ने उन्होंने सवाल किए कि कांग्रेस शामिल होने तो बाद उन्होंने किहड़े विकास कराए तो उन्होंने कहा कि उन्होंने अजिहे कई विकास करवाए हैं जिहड़े कि कई सालों तो रुके हुए सन, पर जो उन्होंने नजायज़ माइनिंग के खिलाफ कार्रवाई का सवाल ਕੀਤਾ ਤਾਂ ਉਸ ਕਈ ਸਪਸ਼ਟ ਜਵਾਬ ਨਹੀਂ ਦੇ ਸਕੇ ਤੇ ਪੁਲਿਸ ਪ੍ਰਸ਼ਾਸਨ ਤੇ ਪੱਲਾ ਝਾੜਦੇ ਨਜ਼ਰ ਆਏ। ਜਦਕਿ ਆਮ ਆਦਮੀ ਪਾਰਟੀ 'ਚ ਰਹਿੰਦੇ ਸਮੇਂ ਸੰਧੋਆ ਅਕਸਰ ਹੀ ਮਾਈਨਿੰਗ ਮਾਫੀਆ ਨਾਲ ਟੱਕਰ ਲੈਣ ਦੇ ਕਾਰਨ ਵਿਵਾਦਾਂ 'ਚ ਰਹਿੰਦੇ ਸਨ। ਦੇਖੋ ਜੀ, ਮੈਨੂੰ ਤਾਂ ਹਜੇ 3-4 ਮਹੀਨੇ ਹੋਏ ਹੈਗੇ ਆ, ਠੀਕ ਹੈ ਜੀ। ਮੈਂ ਆਪਣਾ ਝਾਂਡੀਆਂ ਕਲਾਂ ਸਾਡਾ ਹੋਸਪਿਟਲ ਤਾਂ ਉਹ ਚਲਾ ਦਿੱਤਾ ਹੈਗਾ, ITI ਦੀ ਸਾਡੀ ਸਿੰਘਪੁਰ ਉਹ ਚਲਾ ਦਿੱਤੀ ਹੈਗੀ, ਉੱਥੇ ਨਿਆਣੇ ਬੱਚਿਆਂ ਦੇ ਦਾਖਲੇ ਹੋ ਗਏ, ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ। ਰੋਡ ਦਾ ਸਾਡੀ ਦਾ ਨੀਂਹ ਪੱਥਰ ਥੋੜ੍ਹੇ ਦਿਨਾਂ 'ਚ ਮੰਤਰੀ ਸਾਹਿਬ ਰੱਖਣਗੇ ਆ ਕੇ ਟੈਂਡਰ, 10-15 ਦਿਨਾਂ ਵਿੱਚ ਟੈਂਡਰ ਓਕੇ ਹੋ ਜਾਣਾ ਆਨੰਦਪੁਰ ਤੋਂ ਕਾਨਪੁਰ ਹੋਈ ਦਾ ਜਿਹੜਾ ਜ਼ੋਰ ਪਾ ਕੇ ਕਰ ਰਿਹਾ, ਠੀਕ ਹੈ ਜੀ। ਉਹਦੇ ਬੋਰਡ ਕਲੱਬ ਚੰਨੀ ਜੀ ਕਹਿ ਗਏ ਆ ਵੀ ਅਸੀਂ 20 ਕਰੋੜ ਦਾ ਰੋਪੜ ਬੋਰਡ ਕਲੱਬ ਵੀ ਬਣਾਵਾਂਗੇ। ਜਿਹੜੇ ਹੋਰ ਵੀ ਹਲਕੇ ਦੇ ਸਮੱਸਿਆ ਸੀ ਉਹਨਾਂ ਵਿੱਚਾਂ ਲੜਦੇ ਹੈਗੇ, ਟੂਵੈੱਲ ਸਾਡੇ ਉੱਥੇ ਬੰਦ ਹੋਏ, ਉਹਨਾਂ ਵਿੱਚ ਵੀ ਚਲਵਾ ਦੇਵਾਂ ਟੂਵੈੱਲ, ਨਵੇਂ ਕਰਵਾ ਦੇਵਾਂ 52 ਟੂਵੈੱਲ, ਉਹ ਵੀ ਪਾਸ ਕਰਵਾਏ ਅਸੀਂ। ਉਹਦੀ ਡਿਊਟੀ ਲੱਗੀ ਹੋਊਗੀ, ਉਹ ਆਪਣਾ ਕੰਮ ਕਰ ਰਿਹਾ, ਮੈਂ ਆਪਣਾ ਕੰਮ ਕਰ ਰਿਹਾ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਮੀਡੀਆ ਜ਼ਰੀਏ ਤੁਸੀਂ ਮੈਨੂੰ ਗੱਲ ਨਾ ਕਰੋ, ਮੈਂ ਤਾਂ ਪਰਮਾਤਮਾ ਅੱਗੇ ਹਾਜ਼ਰ ਨਾਜ਼ਰ ਹੋ ਕੇ ਕਹਿੰਦਾ ਹੈ ਕਿ ਮੈਂ ਅੱਜ ਵੀ ਮੈਨਿੰਗ ਦੇ ਖਿਲਾਫ਼ ਹੈ। ਜਿਹੜੇ ਮੈਨਿੰਗ ਦੀ ਕਮੇਟੀ ਆ ਜਾਂ ਜਿਨ੍ਹਾਂ ਨੇ ਬਣਾਈ ਹੈ ਬਾਬਾ ਪਿੰਡ ਪੀਰ ਜਿੰਦਾ ਚੀਜ਼ ਦੀ ਨੂਰ ਪਰ ਜਗ੍ਹਾ, ਉੱਥੇ ਆ ਕੇ ਸਹੁੰ ਖਾ ਲੈਣ ਵੀ ਕਿਹੜਾ ਮੈਨਿੰਗ ਨਾਲ ਜੁੜਿਆ ਵਾ, ਕਿਹੜਾ ਨਹੀਂ ਜੁੜਿਆ ਹੈਗਾ, ਉਹਨਾਂ ਨੂੰ ਮੇਰਾ ਖੁੱਲ੍ਹਾ ਚੈਲੰਜ ਹੈਗਾ। ਜੇ ਸਾਰੇ ਪ੍ਰਸ਼ਾਸਨ ਨੂੰ ਪਤਾ ਹੈਗਾ, ਸਾਰੇ ਲੋਕਾਂ ਨੂੰ ਪਤਾ ਹੈਗਾ, ਆਪੇ ਅਫਸਰਾਂ ਨਾਲ ਕਾਰਵਾਈ ਕਰਨੀ ਹੈਗੀ ਹੈ।